ਇਹ ਹੈ ਮੇਰਾ ਜੀ ਭਿੰਬਰ ਆਜ਼ਾਦ ਕਸ਼ਮੀਰ ਜ਼ਿਲ੍ਹਾ, ਕਸ਼ਮੀਰ ਦੀ ਵਾਦੀ ਸਮਾਣੀ, ਔਰ ਇਹ ਰਸਤਾ ਜਾਂਦਾ ਜਨਾਬ ਬਾਬਾ ਸ਼ਾਦੀ ਸ਼ਹੀਦ ਸਮਾਣੀ ਤਹਿਸੀਲ 'ਚ। ਅਤੇ ਅੱਜ ਅਸੀਂ, ਮੈਂ ਅਤੇ ਉਮਰ ਨੇ ਪਲੈਨ ਬਣਾਇਆ ਕਿ ਜਨਾਬ ਲਾਹੌਰ ਚਲੀਏ, ਲਾਹੌਰ ਦੀ ਕਬੂਤਰਬਾਜ਼ੀ ਵੀ ਦੇਖੀਏ, ਔਰ ਸਾਨੂੰ ਕੋਈ ਚੰਦ ਕੋਈ ਜੋੜਿਆਂ ਵਾਸਤੇ ਕਬੂਤਰ ਚਾਹੀਦੇ ਸਨ। ਉਹਦੇ ਵਾਸਤੇ ਜਨਾਬ ਅਸੀਂ ਸਭ ਤੋਂ ਪਹਿਲਾਂ ਗੱਡੀ ਵਾਲੇ ਨੂੰ ਫੋਨ ਕੀਤਾ ਰਾਤ ਨੂੰ, ਔਰ ਦੋ ਸੀਟਾਂ ਬੁੱਕ ਕਰਾ ਲਈਆਂ। ਅਤੇ ਜਨਾਬ ਹੈ ਵਾਦੀਆਂ, ਦੇਖ ਰਹੇ ਹੋ ਤੁਸੀਂ, ਇਹ ਸਾਡਾ ਕਸ਼ਮੀਰ ਹੈ। ਗੁਜਰਾਤ ਵਾਲੇ, ਸਿਆਲਕੋਟ ਵਾਲੇ, ਜੇਹਲਮ ਵਾਲੇ ਭਾਈ ਅਗਰ ਆਊਟਿੰਗ 'ਤੇ ਜਾਣਾ ਚਾਹੁੰਦੇ, ਸਭ ਤੋਂ ਨਜ਼ਦੀਕ ਹੈ ਤੁਹਾਨੂੰ, ਬਹੁਤ ਪੁਰਸਕੂਨ ਜਗ੍ਹਾ। ਅੱਛਾ ਜੀ, ਫਿਰ ਅਸੀਂ ਬਹਿ ਗਏ ਲਾਹੌਰ ਵਾਲੀ ਗੱਡੀ 'ਤੇ, ਔਰ ਜਨਾਬ ਹੈ ਲਾਹੌਰ ਪਹੁੰਚ ਆਏ ਹਾਂ। ਸਾਰੇ ਰਸਤੇ ਕੈਮਰਾ ਆਨ ਨਹੀਂ ਕਰ ਸਕੇ ਕਿਉਂਕਿ ਉਮਰ ਸਾਹਿਬ ਨੇ ਜਨਾਬ ਬਾਰੀ ਵਾਲੀ ਜਿਹੜੀ ਖਿੜਕੀ ਵਾਲੀ ਸੀਟ ਉਹ ਮੱਲ ਲਈ ਸੀ, ਔਰ ਉਮਰ ਸਾਹਿਬ ਰਾਤੀ ਜਾਗਦੇ ਰਹੇ ਸਨ, ਨੀਂਦ ਪੂਰੀ ਕਰਦੇ ਰਹੇ, ਅਤੇ ਮੈਨੂੰ ਮੌਕਾ ਨਹੀਂ ਮਿਲਿਆ ਵੀਡੀਓ ਬਣਾਉਣ ਦਾ। ਆਖਰ ਜਿਸ ਟਾਈਮ ਲਾਹੌਰ ਪਹੁੰਚੇ ਅਤੇ ਉਮਰ ਸਾਹਿਬ ਨੂੰ ਮੈਂ ਕਿਹਾ, ਜ਼ਰਾ ਉੱਠ ਜਾਓ ਤੁਸੀਂ, ਜੰਮਣ ਵਾਲੇ ਹੋ, ਕਿਉਂਕਿ ਤੁਸੀਂ ਮੁਹਾਵਰਾ ਤਾਂ ਸੁਣਿਆ, ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਅਤੇ ਖੈਰ, ਮੈਂ ਵੀ 20 ਸਾਲ ਪਹਿਲਾਂ ਲਾਹੌਰ ਰਹਿ ਕੇ ਗਏ ਅਸੀਂ ਹਾਂ, ਕਾਫੀ ਲਾਹੌਰ ਬਦਲ ਗਏ ਅਸੀਂ, ਬੜੇ ਅੱਛੇ ਪੁੱਲ ਅਤੇ ਰੋਡਾਂ ਅਤੇ ਸਿਸਟਮ ਚੱਲ ਗਏ ਸਨ। ਸੁਣਿਆ ਸੀ ਕਿ ਲਾਹੌਰ ਜਨਾਬ ਪੈਰਿਸ ਦੀ ਸ਼ਕਲ ਦਿਖਾਉਂਦਾ, ਇੱਥੇ ਤੱਕ ਸਾਨੂੰ ਲਾਹੌਰ ਬਹੁਤ ਜ਼ਬਰਦਸਤ ਨਜ਼ਰ ਆ ਰਿਹਾ ਸੀ। ਇਹ ਜਨਾਬ ਮਿਨਾਰੇ ਪਾਕਿਸਤਾਨ ਆਇਆ, ਮੈਂ ਚਲੋ ਇਹਦੀ ਵੀ ਵੀਡੀਓ ਬਣਾ ਕੇ ਦੋਸਤਾਂ ਨੂੰ ਦੱਸ ਲਈਏ। ਫਿਰ ਅਸੀਂ ਜਨਾਬ ਲਾਰੀ ਅੱਡੇ ਉੱਤਰੇ, ਲਾਰੀ ਅੱਡੇ ਦੇ ਨਾਲ ਹੀ ਜਨਾਬ ਸਾਡੀ ਸ਼ੁਰੂ ਹੋ ਗਈ ਮਾਰਕੀਟ। ਇਹ ਮੁਰਗੇ, ਸੀਲ ਮੁਰਗੇ ਜਨਾਬ ਚੱਲ ਰਹੇ ਸਨ, ਲੋਕਾਂ ਨੇ ਆਪਣੇ ਆਪਣੇ ਸਟਾਲ ਲਾਏ ਸਨ, ਕਿਸੇ ਨੇ ਸੀਲ ਮੁਰਗੀਆਂ ਰੱਖੀਆਂ ਨੇ, ਮੁਰਗੇ ਰੱਖੇ ਨੇ, ਔਰ ਨਾਲ ਨਾਲ ਮੈਂ ਕੈਮਰਾ ਆਨ ਕੀਤਾ ਔਰ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਗਰਮੀ ਬਹੁਤ ਜ਼ਿਆਦਾ ਸੀ, ਵੀਡੀਓ ਬਣਾਉਣ ਦੇ ਬਿਲਕੁਲ ਦਿਲ ਨਹੀਂ ਸੀ, ਲੇਕਿਨ ਮੈਂ ਕਿਹਾ ਚਲੋ ਛੋਟੇ ਛੋਟੇ ਕਲਿੱਪ ਨਾਲ ਲੈ ਜਾਣ। ਇਹ ਜਿਹੜੀ ਮੰਡੀ ਲੱਗਦੀ ਹੈ, ਸੰਡੇ ਵਾਲੇ ਦਿਨ ਲੱਗਦੀ ਹੈ ਜਨਾਬ ਜ਼ਿਆਦਾ, ਔਰ ਲਾਹੌਰ ਬਦਾਮਾਂ ਵਾਲਾ ਬਾਗ ਲਾਰੀ ਅੱਡੇ ਦੇ ਨਾਲ ਹੀ ਜਨਾਬ, ਉੱਥੇ ਕਿਸੇ ਕੋਲ ਵੀ ਤੁਸੀਂ ਪੁੱਛ ਸਕਦੇ ਹੋ, ਉੱਥੋਂ ਜਨਾਬ ਤੁਸੀਂ ਬਿਲਕੁਲ ਨਾਲ ਹੀ ਹੈ, 5-10 ਮਿੰਟ ਪੈਦਲ ਤੁਸੀਂ ਚੱਲੋ ਅਤੇ ਜਨਾਬ ਆ ਜਾਓਗੇ। ਸਭ ਤੋਂ ਪਹਿਲਾਂ ਸਾਨੂੰ ਇਹ ਕਬੂਤਰ ਨਜ਼ਰ ਆਏ, ਇਹਨਾਂ ਵਿੱਚ ਤਾਂ ਕੁਝ ਵੀ ਨਹੀਂ ਸੀ, ਮਰਾਲ ਕਾਫੀ ਡਾਊਨ ਹੋ ਗਿਆ। ਮੈਂ ਕਿਹਾ ਲੱਗਦਾ ਸੀ ਕਬੂਤਰ ਨਹੀਂ, ਮੁਰਗੀਆਂ ਮੁਰਗੇ ਹੀ ਲੈਣ ਆਏ ਹਾਂ। ਪੁੱਛਦਿਆਂ ਦੋਸਤਾਂ ਕੋਲੋਂ ਪੁੱਛਿਆ, ਅੱਗੇ ਪਿੱਛੇ ਜੋ ਵੀ ਨਜ਼ਰ ਆਇਆ, ਫਿਰ ਸਾਨੂੰ ਕਿਸੇ ਨੇ ਰਾਹ ਪਾਇਆ, ਜਨਾਬ ਇੱਧਰ ਜਨਾਬ ਤੁਹਾਨੂੰ ਕਬੂਤਰਾਂ ਨੇ ਲੱਭਣਗੇ। ਦੋਸਤਾਂ ਨੇ ਪਿੰਜਰਾਂ ਦੇ ਉੱਪਰ ਜਨਾਬ ਮੁਰਗੇ ਸੀਲ ਚਾੜੇ ਸਨ, ਇਹ ਜੋੜੀ ਕਿਸੇ ਨੇ ਲਾਈ ਸੀ, ਸੀਲ ਮੁਰਗਾ ਅਤੇ ਮੁਰਗੀ। ਇਹਨਾਂ ਦੇ ਬਾਰੇ 'ਚ ਖੈਰ ਮੈਨੂੰ ਖਾਸ ਪਤਾ ਤਾਂ ਨਹੀਂ ਹੈ, ਲੇਕਿਨ ਉਮਰ ਸਾਹਿਬ ਨੂੰ ਸ਼ੌਕ ਹੈ, ਅਸੀਂ ਦੱਸਿਆ ਜੀ ਬਾਕੀ ਅੱਛੀਆਂ ਚੀਜ਼ਾਂ ਇੱਥੇ ਨਜ਼ਰ ਆ ਰਹੀਆਂ ਨੇ ਦੇਖਣੇ ਨੂੰ। ਇੱਥੋਂ ਜਨਾਬ ਰਾਈਟ ਹੋਣਾ ਜਾਂ ਲੈਫਟ ਹੋਣਾ ਅਸੀਂ ਸੋਚੀ ਪੈ ਗਏ, ਪਹਿਲਾਂ ਅਸੀਂ ਰਾਈਟ ਹੋਏ ਅਤੇ ਫਿਰ ਜਨਾਬ ਲੈਫਟ ਹੋਏ, ਅਤੇ ਉਮਰ ਸਾਹਿਬ ਨੇ ਇਸ਼ਾਰਾ ਕੀਤਾ ਵੀ ਇੱਧਰ ਆ ਜਾਓ ਜੀ। ਸਭ ਤੋਂ ਪਹਿਲਾਂ ਭਾਈਰਾਂ ਕੋਲ ਸਾਨੂੰ ਕੋਈ ਕਬੂਤਰ ਨਜ਼ਰ ਆਏ, ਟੇਡੀ ਫੈਸ਼ਨ ਦੇ ਵਿੱਚ ਫੇਟੇ ਝੋਲੇ ਵਾਲੇ ਵੀ ਸਨ, ਲਿਹਾਜ਼ਾ ਅਸੀਂ ਦੂਰੋਂ ਦੇਖ ਕੇ ਅਤੇ ਸਲਾਮ ਦੁਆ ਕੀਤੀ ਅਤੇ ਅਗਾਂਹ ਟੁਰ ਪਏ, ਕਿਉਂਕਿ ਇਹ ਮਾਰਕੀਟ ਸਟਾਰਟ ਹੋਈ ਸੀ ਅਤੇ ਸੋਚਿਆ ਵੀ ਪੂਰੀ ਮਾਰਕੀਟ ਫਿਰਾਂਗੇ ਟੁਰਾਂਗੇ, ਉਸ ਤੋਂ ਬਾਅਦ ਜਨਾਬ ਕੋਈ ਪਰਚੇਜ਼ਿੰਗ ਕਰਾਂਗੇ। ਕਬੂਤਰ ਅੱਛੇ ਤੋਂ ਅੱਛਾ ਵੀ ਸੀ ਔਰ ਮਾੜੇ ਤੋਂ ਮਾੜਾ ਵੀ ਸੀ। ਫਿਰਦਿਆਂ ਫਿਰਦਿਆਂ ਸਾਨੂੰ ਲੱਗ ਗਈ ਤਰੇ ਜਨਾਬ, ਅਤੇ ਇੱਥੇ ਜਨਾਬ ਬਾਬੇ ਰਾਂ ਨੂੰ ਮੈਂ ਦੇਖਿਆ, ਮਾਸ਼ਾਅੱਲਾ ਨਮਾਜ਼ੀ ਲੱਗ ਰਹੇ ਸਨ ਔਰ ਕੁਛ ਵਿਰਦ ਵੀ ਕਰ ਰਹੇ ਸਨ। ਮੈਂ ਚਲੋ ਬਾਬੇ ਰਾਂ ਕੋਲੋਂ ਜਨਾਬ ਅਸੀਂ ਲਿੰਬੂ ਪਾਣੀ ਪੀਂਦੇ ਹਾਂ, ਮੈਂ ਨਾਲ ਵੀਡੀਓ ਬਣਾ ਲਈ ਬਾਬੇ ਰਾਂ ਦੀ ਵੀ, ਚਲੋ ਲਿੰਬੂ ਪਾਣੀ ਵੀ ਤੱਕਦੇ ਹਾਂ ਕਿਸ ਤਰ੍ਹਾਂ ਬਣਦਾ। ਲਿੰਬੂ ਨੂੰ ਚੋੜ ਕੇ ਜਨਾਬ ਇਹਨਾਂ ਨੇ ਕਾਲਾ ਲੂਣ ਸੱਟਿਆ ਵਿੱਚ, ਕਾਲਾ ਸੀ ਜਾਂ ਚਿੱਟਾ ਸੀ, ਲੇਕਿਨ ਮੇਰੇ ਖਿਆਲ 'ਚ ਕਾਲਾ ਹੀ ਸੀ ਕੋਈ। ਅਤੇ ਖੈਰ ਬਾਬੇ ਰਾਂ ਨੇ ਲੂਣ ਛੂਣ ਪਾ ਕੇ ਫਿਰ ਉਹ ਡੱਬਾ ਜਿਹਾ ਖੋਲ੍ਹਿਆ, ਉੱਥੋਂ ਮੇਰੇ ਖਿਆਲ 'ਚ ਕੋਈ ਖੱਟਾ ਪਾਣੀ ਫਿਰ ਹੋਰ ਪਾਇਆ ਨੇ ਬਾਬੇ ਰਾਂ ਨੇ। ਦੂਸਰੇ ਗਲਾਸ 'ਤੇ ਵੀ ਜਨਾਬ ਖੱਟਾ ਪਾਣੀ ਸੱਟਿਆ ਅਤੇ ਮੱਖੀਆਂ ਵੀ ਢੇਰ ਸਨ। ਔਰ ਖੈਰ ਇਹੋ ਜਿਹੀ ਜਗ੍ਹਾ 'ਚ ਇਸੇ ਤਰ੍ਹਾਂ ਦਾ ਨਿਜ਼ਾਮ ਬਣਦਾ, ਬਾਬੇ ਰਾਂ ਵਿੱਚ ਮਾਰੀ ਚਮਚ ਘੋਲਿਆ, ਨਾਲ ਜਨਾਬ ਸਾਦਾ ਪਾਣੀ ਸੱਟਿਆ,
ਸਾਦਾ ਪਾਣੀ ਉੱਥੇ ਆਈਮਾ ਹੀ ਮਿਲਦਾ, ਕੋਈ ਨਹੀਂ ਹੈ, ਇਸ ਵਾਸਤੇ ਸਾਨੂੰ ਇਸੇ ਪਾਣੀ ਨਾਲ ਗੁਜ਼ਾਰਾ ਕਰਨਾ ਪਿਆ। ਉਮਰ ਸਾਹਿਬ ਨੂੰ ਜਨਾਬ ਦਿੱਤਾ ਮੈਂ ਗਲਾਸ, ਮੈਂ ਜਨਾਬ ਚਾੜੋ ਹਾਂ ਤੁਸੀਂ, ਅਤੇ ਉਮਰ ਸਾਹਿਬ ਨੇ ਅਜੇ ਘੁੱਟ ਥੱਲੇ ਢਾਲਿਆ ਨਹੀਂ, ਪਹਿਲਾਂ ਹੀ ਓਕੇ ਦਾ ਰਿਸਪਾਂਸ ਦੇ ਦਿੱਤਾ ਮੈਨੂੰ। ਮੈਂ ਚਲੋ ਅਸੀਂ ਵੀ ਪੀ ਕੇ ਚੈੱਕ ਕਰ ਲੈਂਦੇ ਹਾਂ। ਗਲਾਸ ਪੀਤਾ ਜਨਾਬ, ਅਤੇ ਨਾਲ ਹੀ ਟੁਰ ਪਿਆ ਗਾ। ਉਮਰ ਸਾਹਿਬ ਨੇ ਸ਼ਲਵਾਰ ਇੰਝ ਛੁੰਗੀ ਸੀ ਜਿਸ ਤਰ੍ਹਾਂ ਲਾਹੌਰ ਵਾਕਈ ਪੈਰਿਸ ਬਣ ਰਿਹਾ, ਕਿਉਂਕਿ ਤੁਸੀਂ ਸਮਝ ਰਹੇ ਹੋ ਵੀ ਲਾਹੌਰ ਪੈਰਿਸ ਕਿਸ ਟਾਈਮ ਬਣਦਾ। ਅਤੇ ਇਹ ਜਨਾਬ ਇੱਥੇ ਬੈਂਕ ਵੀ ਆਏ ਨੇ ਦੋ ਚਾਰ, ਅਗਰ ਏ ਟੀ ਐੱਮ 'ਚੋਂ ਪੈਸੇ ਕਢਵਾਉਣਾ ਚਾਹੋ ਤਾਂ ਇੱਥੇ ਆ ਕੇ ਜਨਾਬ ਤੁਸੀਂ ਕੈਸ਼ ਕਢਵਾ ਸਕਦੇ ਹੋ, ਔਰ ਮਸ਼ਵਰਾ ਹੀ ਦਾਂਗਾ ਕਿ ਇੱਥੇ ਆ ਕੇ ਕੈਸ਼ ਕਢਵਾਓ ਤੁਸੀਂ, ਨਾਲ ਨਾਲ ਲੈ ਕੇ ਆਓ ਪੈਸੇ। ਇਹ ਜਨਾਬ ਆਖਿਰ ਸਾਨੂੰ ਲਾਹੌਰ ਪੈਰਿਸ ਮਿਲ ਗਿਆ, ਮੈਂ ਇਹਦਾ ਵੀ ਛੋਟਾ ਜਿਹਾ ਕਲਿੱਪ ਲੈ ਲਿਆ ਸੀ। ਅਤੇ ਇਹ ਜਨਾਬ ਅਸੀਂ ਫਿਰ ਟੁਰ ਕੇ ਪੂਰੀ ਮਾਰਕੀਟ, ਇਹ ਕਬੂਤਰ ਸਾਨੂੰ ਪਸੰਦ ਆਏ ਅਤੇ ਟੇਡੀ ਫੈਸ਼ਨ ਦੇ ਕਬੂਤਰ ਸਨ, ਭਾਈ ਹੋਰਾਂ ਨਾਲ ਸਾਡੀ ਡੀਲ ਹੋ ਗਈ ਔਰ ਇਹ ਕਬੂਤਰ ਅਸੀਂ ਜਨਾਬ ਲੈ ਲਏ। ਇਹ ਹੈ ਵੀ ਪਹਿਲਾਂ ਪੂਰੀ ਮਾਰਕੀਟ ਫਿਰੋ, ਦੇਖੋ ਸੁਣੋ ਰੇਟ ਤੱਕੋ ਲੋਕ ਕੀ ਕਰ ਰਹੇ ਨੇ, ਔਰ ਫਿਰ ਜਾ ਕੇ ਤੁਹਾਨੂੰ ਚੀਜ਼ ਅੱਛੀ ਮਿਲ ਸਕਦੀ ਹੈ। ਫਿਰਨਾ ਕਾਫੀ ਪੈਣਾ ਔਰ ਫਿਰ ਜਾ ਕੇ ਚੀਜ਼ ਅੱਛੀ ਮਿਲੇਗੀ ਤੁਹਾਨੂੰ। ਇਹ ਦੇਖ ਲਓ ਕਬੂਤਰ ਸਾਰੇ ਭਾਈ ਕੋਲ ਅੱਛੇ ਸਨ, ਸਾਰਿਆਂ ਦੀ ਅਸੀਂ ਡੀਲ ਕਰ ਲਈ ਸੀ ਇਹਨਾਂ ਨਾਲ, ਔਰ ਇਹ ਸਾਨੂੰ 1400 ਤੋਂ ਪਰ ਮਿਲੇ ਸਨ, ਠੀਕ ਹੈ। ਕਿਉਂਕਿ ਸਾਨੂੰ ਕੁਛ ਨਰਮਾਦੀਆਂ ਚਾਹੀਦੇ ਸਨ ਜੋੜਿਆਂ ਵਾਸਤੇ, ਉਹ ਜਨਾਬ ਅਸੀਂ ਇਹ ਕਾਟਨ ਵਿੱਚ ਪਾਏ। ਕਾਟਨ ਇੱਥੇ ਜਨਾਬ ਬੜੇ ਮਹਿੰਗੇ ਮਿਲਦੇ ਜੇ, ਇਹ ਕਾਟਨ ਮੈਂ 100 ਰੁਪਏ ਦਾ ਇੱਕ ਕਾਟਨ ਲਿਆ ਸੀ, ਔਰ ਇਸ ਤੋਂ ਥੋੜ੍ਹੇ ਵੱਡੇ ਸਾਈਜ਼ ਦੇ ਜਨਾਬ 150 ਦਾ ਕਾਟਨ ਮਿਲਦਾ। ਬਾਕੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਚੈਨਲ ਲਾਜ਼ਮੀ ਸਬਸਕ੍ਰਾਈਬ ਕਰਿਓ। ਅੱਲਾ ਹਾਫਿਜ਼।